ਹਰਿਆਣਾ ਦੇ ਉੱਘੇ ਸਿੱਖ ਚਿੰਤਕ ਅਤੇ ਬੁੱਧੀਜੀਵੀ ਐਡਵੋਕੇਟ ਅੰਗਰੇਜ਼ ਸਿੰਘ ਪੰਨੂ ਨੇ ਪੰਜਾਬ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਅਤੇ ਸੁਪਰ ਪਬਲੀਕੇਸ਼ਨ ਜਲੰਧਰ ਨੂੰ ਲੀਗਲ ਨੋਟਿਸ ਭੇਜਿਆ ਹੈ, ਕਿਉਂਕਿ ਪੰਜਾਬ ਯੂਨੀਵਰਸਿਟੀ ਦੀ BA ਦੇ ਭਾਗ ਪਹਿਲੇ ਦੀ ਅੰਗਰੇਜ਼ੀ ਦੀ ਕਿਤਾਬ ਵਿੱਚ ਪੰਨਾ ਨੰਬਰ 184 ਦੇ ਪ੍ਰਸ਼ਨ ਨੰਬਰ 43 ਵਿੱਚ ਪੁੱਛਿਆ ਗਿਆ ਹੈ ਕਿ ਕਾਲੀ ਮਾਤਾ ਦਾ ਧਾਰਮਿਕ ਸ਼ਰਧਾ ਦਾ ਪ੍ਰਤੀਕ ਕੀ ਹੈ, ਅਤੇ ਉਸਦੇ ਉੱਤਰ ਵਿੱਚ ਲਿਖਿਆ ਗਿਆ ਹੈ ਕਿ ਕਾਲੀ ਇੱਕ ਆਦਿ ਸ਼ਕਤੀ ਹੈ ਅਤੇ ਇਹ ਬੁਰਾਈਆਂ ਦਾ ਨਾਸ਼ ਕਰਨ ਵਾਲੀ ਸ਼ਕਤੀ ਹੈ ਅਤੇ ਸਵਾਮੀ ਵਿਵੇਕਾਨੰਦ ਅਤੇ ਗੁਰੂ ਗੋਬਿੰਦ ਸਿੰਘ ਜੀ ਕਾਲੀ ਮਾਤਾ ਦੇ ਵੱਡੇ ਭਗਤ ਸਨ। ਸਰਦਾਰ ਪੰਨੂ ਨੇ ਦੱਸਿਆ ਹੈ ਕਿ ਇਹ ਕਿਤਾਬ 2017 ਵਿੱਚ ਛਾਪੀ ਗਈ ਹੈ। ਜਦੋਂ ਇਸ ਕਿਤਾਬ ਬਾਰੇ ਸਰਦਾਰ ਵਕੀਲ ਸਿੰਘ ਸਿਰਸਾ ਨੇ ਸਾਨੂੰ ਜਾਣੂ ਕਰਵਾਇਆ ਤਾਂ ਮੈਂ ਇਸ ਕਿਤਾਬ ਨੂੰ ਮੰਗਵਾ ਕੇ ਇਸ ਦੀ ਘੋਖ ਕੀਤੀ ਤਾਂ ਸਾਡੇ ਹਿਰਦੇ ਨੂੰ ਗਹਿਰੀ ਸੱਟ ਵੱਜੀ ਹੈ ਕਿ ਪੰਜਾਬ ਯੂਨੀਵਰਸਿਟੀ ਹੀ ਸਿੱਖ ਇਤਿਹਾਸ ਨੂੰ ਵਿਗਾੜ ਰਹੀ ਹੈ ਅਤੇ ਗੁਰੂ ਗੋਬਿੰਦ ਸਿੰਘ ਜੀ ਨੂੰ ਕਾਲੀ ਦਾ ਭਗਤ ਦੱਸ ਰਹੇ ਹਨ। ਐਡਵੋਕੇਟ ਪੰਨੂ ਨੇ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਦੇ ਕਿਤਾਬ ਨੂੰ ਛਾਪਣ ਵਾਲੇ ਜਲੰਧਰ ਦੇ ਸੁਪਰ ਪਬਲੀਕੇਸ਼ਨ ਨੂੰ ਲੀਗਲ ਨੋਟਿਸ ਭੇਜਿਆ ਹੈ ਅਤੇ ਉਹਨਾਂ ਤੋਂ ਮੰਗ ਕੀਤੀ ਹੈ ਕਿ ਇਸ ਨੂੰ ਛਾਪਣ ਦਾ ਸਰੋਤ ਦੱਸਿਆ ਜਾਵੇ, ਨਹੀਂ ਤਾਂ ਇਸ ਗੱਲ ਦੀ ਲਿਖਤੀ ਮਾਫੀ ਮੰਗੀ ਜਾਵੇ। ਜੇਕਰ ਮਾਫੀ ਨਹੀਂ ਮੰਗੀ ਤਾਂ ਅਸੀਂ ਇਸ ਦੇ ਵਿਰੁੱਧ ਕਾਨੂੰਨੀ ਕਾਰਵਾਈ ਕਰਾਂਗੇ।